किरण दे पापा दा फोन आया सी। ते मैनू कहंदे तू कुड़ी को जांदी क्यों नहीं हैगी। मैं कहा लो जी मैं अज चली जानी हां। होर सुनाओ। चाची जी घर आ जाओ फिर मैं उस वे घर आ गई। भैन जी ਤੁਹਾਡੀਆਂ ਇੰਨੀਆਂ ਤਾਰੀਫਾਂ ਕਰਦੀ ਹੈ ਨਾ ਇੰਨੀਆਂ ਤਾਰੀਫਾਂ ਕਰਦੀ ਆ ਜਦੋਂ ਵੀ ਮੈਂ ਨਾ ਫੋਨ ਤੇ ਗੱਲ ਕਰਾਂਗੀ ਨਾ ਬਸ ਖੰਦੀ ਮੰਮੀ ਮੈਨੂੰ ਤਾਂ ਤੁਹਾਡੀ ਕਮੀ ਮਹਿਸੂਸ ਨਹੀਂ ਹੁੰਦੀ। ਚਾਚੀ ਜੀ ਮੈਨੂੰ ਇੰਨਾ ਪਿਆਰ ਕਰਦੇ ਆ। ਚਾਚੀ ਜੀ ਨੇ ਮੈਨੂੰ ਇੰਨਾ ਪਿਆਰ ਦਿੱਤਾ ਕਿ ਮੈਨੂੰ ਲੱਗ ਰਿਹਾ ਕਿ ਇਹ ਮੇਰੀ ਮਾਂ ਹੀ ਆ। ਮੇਰੇ ਖਾਣ ਪੀਣ ਦਾ ਕੋਈ ਵੀ ਚੀਜ਼ ਲੈ ਕੇ ਆਉਣੀ ਹੋਵੇ ਤੇ ਮੇਰਾ ਬਹੁਤ ਧਿਆਨ ਰੱਖਦੇ। ਭੈਣ ਜੀ ਆਪ ਹੀ ਇੰਨੀ ਪਿਆਰੀ ਹੈ ਤੇ ਧਿਆਨ ਕਾਦਾ ਧੀ ਹੈ ਜੀ ਸਾਡੀ। ਮੈਂ ਤੁਹਾਨੂੰ ਪਹਿਲੇ ਦਿਨ ਤੁਸੀਂ ਬੈਠੋ ਤਾਂ ਵੈਸੇ ਪਾਣੀ ਪੂਣੀ ਲਿਆਵਾਂ ਪਹਿਲਾਂ ਕਿਹਨਾਂ ਨੂੰ ਆਵਾਜ਼ ਦਵਾਂ। ਕੀ ਕਰੀਏ ਤੁਹਾਡੀਆਂ ਸਿਫਤਾਂ ਹੀ ਇੰਨੀਆਂ ਸੁਣੀਆਂ ਤੇ ਗੱਲ ਕੀਤੇ ਕਰ ਮੈਨੂੰ ਰਹਿ ਨਹੀਂ ਜਾਣ ਡਿਆ। ਭੈਣ ਜੀ ਮੈਂ ਤਾਂ ਬੜੀ ਭਾਗਾਂ ਵਾਲੀ ਹਾਂ ਕਿ ਤੁਹਾਡੇ ਵਰਗਾ ਸਹੁਰਾ ਪਰਿਵਾਰ ਮਿਲਿਆ। ਭੈਣ ਜੀ ਤੁਸੀਂ ਨਹੀਂ ਭਾਗਾਂ ਵਾਲੇ ਅਸੀਂ ਭਾਗਾਂ ਵਾਲੇ ਸਾਨੂੰ ਇਹੋ ਜਿਹੀ ਧੀ ਮਿਲੀ ਆ। ਕੋਈ ਹੁਣ ਕਿੱਥੇ ਹੈਗੀ ਆਵਾਜ਼ ਤੇ ਦੋ ਉਹਨੂੰ ਕਿਰਨ। ਇਹ ਤੇ ਮੰਮੀ ਕਿਰਨ ਲੱਗਣ ਦੀ ਪਰ ਜੀ ਮੰਮੀ ਕਿਰਨ ਆਈ। ਚਾਚੀ ਜੀ ਆ ਬੇਟਾ ਆਈ ਪਰ ਮੰਮੀ ਨੇ ਆਉਣਾ ਹੁੰਦਾ ਤੇ ਮੈਨੂੰ ਫੋਨ ਹੀ ਕਰਨਾ ਸੀ। ਚਾਚੀ ਜੀ ਨੂੰ ਕੋਈ ਕੰਮ ਹੋਣਾ ਵਾ। ਚੱਲ ਦੇਖਦੀ किरण। मम्मी ਕੱਲ ਤੇ ਮੇਰੀ ਤੇਰੇ ਨਾਲ ਗੱਲ ਹੋਈ ਸੀ। ਸ਼ੁਦੈਨ ਜੀ ਕਿਤਨਾ ਬੱਚਿਆਂ ਵਾਂਗੂ ਰੋਣ ਡਈ ਆ। ਚੁੱਪ ਕਰ ਮੰਮੀ ਤੁਸੀਂ ਤੇ ਮੈਨੂੰ ਦੱਸ ਕੇ ਨਹੀਂ ਆਏ। ਦੱਸ ਕੇ ਨਹੀਂ ਕਦੋਂ ਆਏ ਤੁਸੀਂ। ਮੇਰਾ ਆਪਣਾ ਘਰ ਆ ਦੱਸਣਾ ਕੋਈ ਜ਼ਰੂਰੀ ਹੈਗਾ ਹੈ। ਪਹਿਲਾਂ ਚੁੱਪ ਕਰ ਅਥਰੂ ਪੂੰਝ ਆਪਣੇ ਐਵੇਂ ਵੇਖਾਂ ਤੇਰੀ ਚਾਚੀ ਤੈਨੂੰ ਇੰਨਾ ਪਿਆਰ ਕਰਨ ਵਾਲੀ ਆ ਹੈ। ਇੱਕ ਪਾਸੇ ਤੂੰ ਇੰਨੀਆਂ ਸਿਫਤਾਂ ਕਰਦੀ ਆ ਕਿ ਮੰਮੀ ਮੈਨੂੰ ਤੁਹਾਡੀ ਯਾਦ ਨਹੀਂ ਆਉਂਦੀ ਤੇ ਦੂਜੇ ਪਾਸੇ ਮੰਮੀ ਸਾਹਮਣੇ ਰੋ ਕੇ ਵਖਾਣ ਡਈ ਆ। ਸ਼ਦੈਣੇ ਵੈਸੇ ਉਹਦਾ ਮਨ ਭਰ ਆਇਆ ਤੁਹਾਨੂੰ ਵੇਖ ਕੇ ਅਚਾਨਕ ਉਹਨੇ ਤੁਹਾਨੂੰ ਦੇਖਿਆ ਨਾ ਤੇਰਾ ਮਨ ਭਰ ਆਇਆ। ਭੈਣ ਜੀ ਇਹ ਜਿਸ ਤਰ੍ਹਾਂ ਰੋਣ ਡਈ ਹੈ ਨਾ ਮੈਨੂੰ ਇੰਝ ਲੱਗਣਾ ਕਿ ਤੇਰੀ ਸੱਸ ਤੈਨੂੰ ਤਾਨੇ ਦਿੰਦੀ ਹੈ ਜਾਂ ਤੇਰੀ ਸੱਸ ਤੈਨੂੰ ਗੱਲਾਂ ਕਰਦੀ ਹੈ। ਮੈਨੂੰ ਇੰਝ ਲੱਗਣਾ ਪਰ ਇਹੋ ਜਿਹੀ ਗੱਲ ਹੈ ਨਹੀਂ। ਹੁਣ ਇੱਥੇ ਖਲੋਤੀ ਰਹੇਗੀ ਕਿ ਮੈਨੂੰ ਮਾਹੇਗੀ ਵੀ। ਚੱਲ ਬੈਠੋ ਬੈਠੋ ਆ ਜਾ। ਮੈਂ ਤਾਂ ਤੁਹਾਨੂੰ ਕੱਲ੍ਹ ਹੀ ਫੋਨ ਕਰਨ ਲੱਗੀ ਸੀ। ਕੱਲ੍ਹ ਹੀ ਯਾਦ ਕਰਨ ਦੀ ਸੀ। ਪਾਪਾ ਦਾ ਵੀ ਫੋਨ ਆਇਆ ਸੀ ਮੈਨੂੰ। ਤੇਰੇ ਪਾਪਾ ਨੇ ਮੈਨੂੰ ਕਿਹਾ ਸੀ ਕਹਿੰਦੇ ਪਤਾ ਨਹੀਂ ਕੀ ਗੱਲ ਆ ਮੈਨੂੰ ਸੁਪਨਾ ਨਹੀਂ ਸਹੀ ਆਇਆ। ਮੈਨੂੰ ਇੰਝ ਲੱਗਾ ਕਿ ਕਿਰਨ ਬੜੀ ਟੈਨਸ਼ਨ 'ਚ ਹੈਗੀ ਆ। ਕਿਰਨ ਉਦਾਸ ਰਹਿੰਦੀ ਆ ਇਕੱਲੀ ਬੈਠੀ ਰੋਈ ਜਾਂਦੀ ਆ। ਅਤੇ ਮੈਂ ਉਹਨਾਂ ਨੂੰ ਕਿਹਾ ਛੱਡੋ ਪਰਾਂ ਜੀ ਇਹ ਤਾਂ ਸੁਪਨੇ ਆ। ਸੁਪਨੇ ਵੀ ਕਦੇ ਸੱਚ ਹੁੰਦੇ ਨੇ। ਆਪਣੀ ਕਿਰਨ ਤਾਂ ਬੜੀ ਖੁਸ਼ ਹੈਗੀ ਜੇ ਪਰ ਕਹਿੰਦੇ ਨਹੀਂ। ਤੇ ਪਰ ਜਾ ਕਿਤੇ ਆ ਪੁੱਛ ਗਿਆ ਕਿਰਨ ਨੂੰ। ਮੈਂ ਬੇਸ਼ੱਕ ਉਹਦੇ ਨਾਲ ਫੋਨ 'ਤੇ ਗੱਲ ਕੀਤੀ ਆ ਪਰ ਜਦੋਂ ਤੂੰ ਸਾਹਮਣੇ ਵੇਖੇਂਗੀ ਨਾ ਫਿਰ ਮੈਨੂੰ ਤਸੱਲੀ ਹੋ ਜਾਏਗੀ। ਉਹ ਪਤਾ ਕਿ ਦਿਲ ਨੂੰ ਦਿਲ ਦੀ ਰਾਹ ਹੁੰਦੀ ਆ ਵੀ ਕੱਲ੍ਹ ਦੀ ਬਹੁਤ ਉਦਾਸ ਹੋਈ ਹੋਈ ਸੀ ਬਹੁਤ ਯਾਦ ਕਰਦੀ ਪਈ ਸੀ ਤੁਹਾਨੂੰ ਅਤੇ ਅੱਜ ਤੁਸੀਂ ਵੇਖ ਲਓ ਅਚਾਨਕ ਆਪੇ ਹੀ ਆ ਤਾਂ ਤੁਸੀਂ ਬੈਠੋ ਤੁਹਾਡੇ ਸਿਰ ਪਾਣੀ ਲੈ ਕੇ ਆਉਂਦੀ ਮੈਂ। ਮੰਮੀ ਮੈਂ ਤੁਹਾਨੂੰ ਕੀ ਦੱਸਾਂ ਉਹ ਜੋ ਪਾਪਾ ਨੂੰ ਸੁਪਨਾ ਆਇਆ ਸੀ ਨਾ ਉਹ ਬਿਲਕੁਲ ਸੱਚ ਸੀਗਾ। ਮੈਂ ਤਾਂ ਮਜਬੂਰ ਸੀ ਕਿ ਪਾਪਾ ਉੱਥੇ ਇਕੱਲੇ ਆ। ਜੇ ਮੈਂ ਸਾਰਾ ਕੁਝ ਦੱਸਦਾ ਕਿ ਮੈਂ ਇੰਨੀ ਦੁਖੀ ਹਾਂ
मेरी सास मेरे ना ये सारा कुछ करन दी है ते उन्ना ते की बीतूगी ते मैनू पता जे तुहानू ये सारा कुछ पता लग गया ते तुसी भी बीमार पै जाना ते तुहानू मैं कुछ भी नहीं दसना मम्मी कुछ भी नहीं दसना की होया चुप कीती है मैं पागले तेरे नाल गल्लां करन दई है तो तू चुप करके बह गई किन्नियां तेनू मैं गल्लां दसियां कि तेरी मासी दी कुड़ी आई आ आ बैठी बस थोड़ी देर आ दवाई लैन आई सी चल गई दस तेरे नाल की हाँ जी हाँ जी की गल्लां करके गई आ तू बस चुप करके बैठी हो कोई गल कर दी नहीं भैन जी की गल आ सारे तो सुख तुसी मेरी धी नू दित्ते आ पर इहदा चेहरा वेख के लगता नहीं ये तो उदास क्यों रहन डई आ ये तो उदास रहन वाली नहीं मेरी धी इन्नी सियाणी समझदार आ ओ मम्मी किरण होर बेटा चाचू बनावा मम्मी वास्ते तुसी करो मम्मी गल्ला की गल कर लगी सी ओ वैसे मनु कहन लगे ने मम्मी जी ते चाह नहीं पींदे मैं तो कॉफी वगैरह ठंडा वगैरह बना लैनी हां वाकई भैन जी चाह भी मेरी इन्ने बंद करवाई हुई है ठीक है कि मम्मी तुसी चाह ना पियो नहीं ते चाह बस सवेरे उठदे दो गिलास मैं रखिया स्टील दा गिलास एक पक्का मैं और चाह पीनी है नहीं नहीं कोई गल नहीं कोई गल नहीं होर सुनाओ तुसी बहुत वधिया भैन जी की खाओगे तुसी पहला दसो चाह नाल खाओगे मैं कुछ नहीं खाना बस मैं अपनी धी नू खुश वेख लिया ते सारा कुछ हो गया नहीं नहीं खुश ही खुश हैगी है भैन जी ओ हां अंदर भैन जी अंदर ना ठीक नहीं गए सी अच्छा अच्छा दवाई दवाई खा के ना लेटे हुए है अच्छा ते मैं बुला के लेनी हां जी हां जी मैं बुलानी बैठो तुसी किरण तू मैनू क्यों नहीं दस्या कि मेरे मम्मी नहीं ठीक है गे इतना पुत चंगा थोड़ा लगता है कि सहुरिया ने कहना कि दस सस बीमार आ ते धी ने दसिया ही नहीं ते उन्हां दे मन च ये गल होनी आ कि ओतरा मावां धीआं सारियां गल्लां करदियां भला ये गल ना दसी होगी ते पुत कोई गल नहीं हो सकता कि तेनू याद ना होवे पर पुत जदों सहुरे आ जाइए ना धी दियां सहुरियां प्रति बड़ियां जिम्मेवारियां वध जांदियां ती नू हर निक्की निक्की गल दा ध्यान रखना पैंदा नहीं तो पुत्र सस मां कहूगे लै इन्हें अपनी मां नू भला दस्या ही नहीं यह थोड़ा उन्होंने कहना कि हो सकता कि बच्चे नू याद ना रहा होवे तेनू पता अपने सामने जिहड़े आंटी सी उन्हां दी नूह ना बंद ही नहीं सी हुंदी ते जदों दी मम्मी आई ते उहदी सस ने उहनू की किया लै उहदी मां ने कहा भैन जी न्याणी सियाणी आ ते अगों दी सस ने कहा कि जे न्याणी सी ते व्याही नहीं व्याहणी क्यों सी हजे रखनी सी इहनू अपने घरे दस इहो जिहियां गल्लां करन वालियां मम्मी दा ते थोड़ा जिहा गला ही खराब आ होर उहनां नू कुछ भी नहीं होया कोई गल नहीं हुणे चाची जी गए आ लै के आंदे मम्मी नू चल ठीक है किन्नी देर हो गई है किरण दी मम्मी आई ते वेख लै मैनू किसे ने दस्या तक नहीं करी जान जो कर दी मंजू ही कर दी सारा कुछ प्रधान बनी किसले दे आए देख ले भैन जी हाँ जी किरण ते मम्मी आए जे फिर मैं की करा हाए की तो हो गया तुहानू तुसी ही करना जो करना मैं थोड़ी करना वै तू बड़ी सस कोल बैठी है कोई नहीं की लोड़ सी हुण अजे भी दसन दी की लोड़ चाह पानी पिला लैंदी उहनू मगरों दस दिंदी जे चले जांदे उसे कह दिंदी भैन जी मेरी गल सुनो वो साढ़े घर दी है ना असीं आपणे जिहड़ा पर जे हुण आए उहनां नू ते ना तमाशा दाओ तमाशा की दाओ तैनूं नहीं पता जिसले आए मैनूं उसले सद तू ते भैन जी सिर्फ पानी ही पीता उहनां ने आ के होर थोड़ी कुछ कीता वै किसले दी आए इद्दां पौणा घंटा हो गया ते कल्ली बैठी ना प्रधान बन के 10 मिंट होए ते सारे आए उस दिन किरण दी भैन आई सी तूं मैनूं कीता अग्गे मैनूं ते पता ही नहीं चली गई ते पता लगा उहदी भैन आई सी भैन जी अगे आपे लगी दा हुंदा वै कहण दी लोड़ ना अगे दी कीड़ी गल हैगी है अपना घर है इहदे च अगे 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 तेरा फर्ज नहीं आ मैं सस आ मैनूं अगे घर होना दे तू आप ही सस बनी फिरदी ते मैं की लैणा देणा उह चली गई मैनूं मगरों पता लगा उहदी भैन आई सी अगे आपे होणा पैंदा वै नाले बगाना घर होवे ना तो फिर बंदा तू तू के अगे भी अपना घर आपे च अगे पिछे दी केड़ी गल है अपनी सिफतां ही कराई जानी उहनां कोलों चाची प्यार बड़ा करदी है चाची ये करदी तुसी करा लवो बस अपनी सिफतां करांदी रहनी चलो तुसी आओ करो मैं पिछे हो के बह जांगी तुसी अपनी तारीफ करा लो नहीं उहनां चाह पानी पिला लै उहनां नूं तोर लै फिर मैं दसदी आ के मैं तो वेखनी भी जो तू करनी पई तुसी जो चाह पानी दा समान मंगवाना ना मंगवा लो कल नूं मन्नू ना कहना मैं तैनूं की कहना मैं कहण जोगी छड्डिया कित्थे मैनूं चलो घर की गल च घर च रहो हूँ तो आओ अंदर
की हो गया तुहानू जो तू करन दी वेख तैनू भी पता की होन दिया तैनू भी पता चल तू मैं आनी है चल आ जाओ फिर चाह बनावा की बनावा हुणे दस दो फिर कहो कि तू प्रधान बनी है बना चाह जो बनाना पिला नहीं तुसी दस दो जो बनाना मैं की दसना तू बड़ी सियानी है कर जो करना चलो ठीक है प्रधान बनी फिर दी आप ही है ही नहीं गई कि मैं वड्डिया कोई मान दिया कर मैनू नहीं देना तू हूँ आंदे तू हूँ अपनी सिफत करा उन्होंने को मैं चंगी है ये माड़े ही माड़े है आदि हो गई है वालों तो कभी उम्मीद नहीं सी की यहोजा करा चंगा रिश्ता जोड़िया मेरे ने अपने गल मैं तो एक किस्म की हत्या ही पा ली रिश्ते दे कहते किया तू खुश है ना बोलती क्यों नहीं पई मैं कहनी मिलापड़ी है बहुत कुछ घर समेट लिया ने कुड़ी ने आंदे थोड़े दिन बस भैन जी हाँ बड़ी चंगी है किसी वेले बच्चे हाँ। को गलती हो जाए ते कोई गल नहीं नहीं कोई गलती वाली गल नहीं पढ़ी लिखी है भाजी है कोई गलती भैन जी कितों होनी है हाँ जी ते पढ़ी लिखी है नहीं समझदार बड़ी जे हाँ जी बड़ी समझदार बड़ी समझदार है भैन जी सारा बड़ा सारे का बहुत ध्यान रखती है अच्छा जी किनू की चाहिए किनू जी पूरा ध्यान रखती है भैन जी एक गल दसा उदो माँ प्यो का सिर बड़ा उच्चा हो जाता जो धी दे सहुरे कह खास करके सस ये गल कवे कि ढाडी धी बहुत समझदार है भैन जी वो तो मां स्वर्गों वासा हों जिदी सस उन्नी तारीफ करे तो बहुत समझदार है कुड़ी ते समझदार ते हैगी आ मम्मी नु चाह ते पेंगी कुछ के इतना ही भा छड़ना नहीं भलाए मंजू ले आ बेटे चा जा ए कोई नहीं भैन जी किरण बनांदी है नहीं नहीं किरण बनांदी है बैठ दी है किरण हो सुनाओ ठीक ठाक तुहाडी से ठीक है तुसी पिछे ठीक नहीं रहे हां जी भैन जी उन्हें सर्वाइकल हो गई सी तुहानू पता भावे ब्याह सादा ही कीता सी पर फिर भी आ थोड़ा बहुत तुहानू पता रिश्तेदार भैन भरा आए सी खिचल हो जांदी उतना ते ए सारा समेट लंदी सी फिर मैनू समेटना पिया ਇਹਦੀ ਮਾਸੀ ਦੀ ਕੁੜੀ ਵੀ ਨਹੀਂ ਸੀ ਉਹ ਸ਼ਾਇਦ ਥੋੜੇ ਦਿਨ ਪਹਿਲਾਂ ਹੋ ਕੇ ਗਈ ਸੀ ਹੋ ਕੇ ਗਈ ਸੀ ਹਾਂ ਹਾਂਜੀ ਹਾਂਜੀ ਚਲੋ ਮੈਂ ਵੇਖ ਕੇ ਆਵਾਂ ਹਾਂ ਪੁੱਤ ਜਾ ਵੇਖ भैन जी मैनू जान दवो बड़ी देर हो गई है तुम पहला चाह पियाती या फिर फ्रूट खवाता बस करो हूँ मैनू जान दो रात की रोटी मेरे को खाधी नहीं जानी इन्ना कुछ खा पी लिया है पर भैन जी करना की जाके भाजी तो बहर है तुम तो कले रहना घर जाके साढ़े को अज गल खत्म ना भैन जी वो कुछ नहीं होंगे इतने रहो दो चार दिन धन्यवाद कर घर कितना मैं कल ही छड़ देव कोई गल नहीं कोई फर्क ही एडी लॉक ला के आयो ना फिर कहती गल हाँ तो फिर कहती गल तू रहो इतने मेरी गल सुनो
ਤੁਹਾਡਾ ਤਾਂ ਮੈਨੂੰ ਕਿਸੇ ਦਾ ਸਾਈਜ਼ ਵੀ ਨਹੀਂ ਆਣਾ ਸੂਟ ਦਾ। ਜੇ ਮੈਂ ਸੂਟ ਲਿਆਂਦਾ ਹੁੰਦਾ ਤੇ ਫਿਰ ਮੈਂ ਰਹਿ ਵੀ ਪੈਣਾ ਸੀ। ਤੁਹਾਨੂੰ ਅਸੀਂ ਪਵਾ ਦੇਣਾ ਹੀ ਕਿਦੋਂ ਨਾ ਪਵਾ ਦਾਂਗੇ। ਸੂਟ ਦੀ ਟੈਨਸ਼ਨ ਨਾ ਲਵੋ ਤੁਸੀਂ। ਕੋਈ ਨਹੀਂ ਜੀ, ਮੈਂ ਅਗਲੀ ਵਾਰੀ ਆਵਾਂਗੀ ਨਾ ਨਾਲ ਇੱਕ ਦਾ ਸੂਟ ਲੈ ਕੇ ਆਵਾਂਗੀ। ਠੀਕ ਹੈ, ਹੁਣ ਮੈਨੂੰ ਜਾਣ ਦਿਓ ਤੇ ਜਲਦੀ ਜਲਦੀ ਆਇਆ ਕਰੋ। ਹਾਂਜੀ ਹਾਂਜੀ ਜ਼ਰੂਰ ਭੈਣ ਜੀ। ਚੱਲ ਠੀਕ ਹੈ ਕਿਰਨ ਪੁੱਤ, ਛੱਡ ਦੇ ਮੰਮਾ। ਠੀਕ ਆ ਮੰਮੀ, ਤੈਨੂੰ ਖੁਸ਼ ਵੇਖ ਕੇ ਨਾ ਮੇਰੀ ਸਾਰੀ ਚਿੰਤਾ ਮਿਟ ਗਈ ਤੇ ਤੇਰੇ ਪਾਪਾ ਨੂੰ ਕਹਾਂਗੀ ਕਿ ਮੈਂ ਵੇਖ ਕੇ ਆਈ ਆ, ਬਿਲਕੁਲ ਖੁਸ਼ ਹੈਗੀ ਆ। ਅੱਛਾ ਭੈਣ ਜੀ, ਅੱਛਾ ਅੱਛਾ ਭੈਣ ਜੀ, ਅੱਛਾ ਜੀ, ਤੁਸੀਂ ਕਿਸੇ ਚੀਜ਼ ਦੀ ਨਾ ਟੈਨਸ਼ਨ ਨਾ ਲੈਣਾ ਹੈ। ਹਾਂ, ਜਿੱਥੇ ਦੋ ਦੋ ਮਾਵਾਂ ਹੁਣ ਧੀ ਨੂੰ ਸਾਂਭਣ ਵਾਲੀਆਂ ਤੇ ਮੈਨੂੰ ਕਾਹਦੀ ਟੈਨਸ਼ਨ। ਨਹੀਂ ਨਹੀਂ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਤੁਸੀਂ। ਠੀਕ ਹੈ ਪੁੱਤਰ, ਓਕੇ ਬਾਏ, ਤੇ ਪਾਪਾ ਨੂੰ ਫੋਨ ਕਰਕੇ ਕਹਿ ਦਿਓ। ਓਕੇ ਜੀ, ਬਾਏ 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 ਬੇਟਾ। ਹਾਂ ਛੱਡਿਆ ਕਿਰਨ, ਕੱਟ। ਨਾਨੀ ਜੋ ਨੀ ਘਰ ਹੈਗੀ। ਗੱਲ ਤੁਹਾਡੀ ਸਹੀ ਆ, ਨਾਨੀ ਘਰ ਨੀ ਆ ਤੇ ਮੰਮੀ ਦਾ ਕਿੰਨਾ ਸੁਭਾਅ ਬਦਲ ਗਿਆ, ਇਹ ਸਾਰਾ ਕੁਛ ਨਾਨੀ ਦਾ ਹੀ ਕੀਤਾ ਕਰਾਇਆ। ਮੈਂ ਤੈਨੂੰ ਪਹਿਲਾਂ ਹੀ ਗੰਦੀ ਸੀ ਭੈਣ ਜੀ, ਨਹੀਂ ਇਹੋ ਜਿਹੇ ਗੇ, ਉਹਨਾਂ ਨੂੰ ਤਾਂ ਇਹੋ ਜਿਹੀਆਂ ਚੀਜ਼ਾਂ ਪਤਾ ਹੀ ਨਹੀਂ ਲੱਗਦਾ। ਇਹ ਜੋ ਪਾਉਂਦੀ ਹੈ ਨਾਨੀ ਪਾਉਂਦੀ ਦਿਮਾਗ ਦੇ ਵਿੱਚ, ਗਲਤ ਮਲਤ ਚੀਜ਼ਾਂ ਨਾਨੀ ਨੇ ਪਾ ਦੇਣੀਆਂ। ਮੈਂ ਚੱਲ ਚੱਲੀ ਹੁਣ ਭੈਣ ਜੀ ਨੂੰ ਦੇਖਿਓ ਨਾ ਗੱਲਾਂ ਲੱਗੀਆਂ। ਜੇ ਇੰਨਾ ਹੀ ਗੱਡੀਆਂ ਦਾ ਸ਼ੌਂਕ ਆ ਤੇ ਪਿੱਛੋਂ ਲੈ ਕੇ ਆਉਣੀ ਸੀ। ਪਿੱਛੋਂ ਪਤਾ ਗੱਡੀਆਂ ਦਾ ਕਿੰਨਾ ਰੋਲਾ ਪੈਂਦਾ ਵੈ। ਜੇ ਤੈਨੂੰ ਇੰਨਾ ਹੀ ਸ਼ੌਂਕ ਹੈਗਾ ਨਾ, ਜੇ ਤੈਨੂੰ ਗੱਡੀਆਂ ਦਾ ਇੰਨਾ ਹੀ ਸ਼ੌਂਕ ਹੈਗਾ ਨਾ, ਪਿੱਛੋਂ ਗੱਡੀਆਂ ਦਾ ਪਤਾ ਕਿੰਨਾ ਰੋਲਾ ਪੈਂਦਾ ਵੈ। ਜੇ ਤੈਨੂੰ ਇੰਨਾ ਹੀ ਸ਼ੌਂਕ ਹੈ ਨਾ ਤੇ ਐਕਟਿਵਾ ਲੈ ਕੇ ਜਾਇਆ ਕਰ।